मेरा नाम इंद्रजीत सिंह ਤੇ ਮੈਨੂੰ ਨਾ ਹਾਰਟ ਦੀ ਪ੍ਰੋਬਲਮ ਹੋ ਗਈ ਸੀ 2016 ਦੇ ਵਿੱਚ ਮੈਨੂੰ ਹਾਰਟ ਅਟੈਕ ਆ ਗਿਆ ਸੀਗਾ ਉਹਦੇ ਨਾਲ ਮੇਰੇ ਹਾਰਟ ਦੇ ਸਾਰੇ ਮਸਲਸ ਮੇਰੇ ਡੈਡ ਹੋ ਗਏ ਸੀ ਉਹਦੇ ਨਾਲ ਮੇਰੀ ਹਾਰਟ ਦੀ ਪੰਪਿੰਗ 32 ਸੀਗੀ 32 ਤੋਂ ਘਟਦੀ ਘਟਦੀ ਮੇਰੀ ਹਾਰਟ ਦੀ ਪੰਪਿੰਗ ਆ ਜਿਹੜੀ 12% ਰਹਿ ਗਈ ਸੀਗੀ ਡਾਕਟਰਾਂ ਨੇ ਮੈਨੂੰ ਹਾਰਟ ਟ੍ਰਾਂਸਪਲਾਂਟ ਵਗੈਰੇ ਦੱਸਿਆ ਸੀ ਕਿ ਤੁਸੀਂ ਹਾਰਟ ਟ੍ਰਾਂਸਪਲਾਂਟ ਕਰਵਾਓ ਇਹ ACP ECT ਤੇ EMSR ਮੈਨੂੰ ਹੋਈਆਂ ਮੇਰੀਆਂ ਮੈਨੂੰ ਇਸ 'ਚ ਬਹੁਤ ਫਰਕ ਪਿਆ ਅੱਗੇ ਮੈਂ ਪੌੜੀ ਵੀ ਨਹੀਂ ਚੜ੍ਹ ਸਕਦਾ ਸੀ ਤੁਰ ਵੀ ਨਹੀਂ ਸਕਦਾ ਸੀਗਾ ਘਰ ਹੀ ਰਹਿੰਦਾ ਹੁੰਦਾ ਸੀਗਾ ਹੁਣ ਮੈਂ ਆਪਣੇ ਸਾਰੇ ਕੰਮ ਕਰਨ ਲੱਗ ਗਿਆ ਵਾਂ ਪੌੜੀ ਆਪੇ ਚੜ੍ਹ ਪੈਂਦਾ ਵਾਂ ਬਗੈਰ ਕਿਸੇ ਸਹਾਰੇ ਤੋਂ ਹਾਂਜੀ ਮੇਰਾ ਨਾਮ ਇੰਦਰਜੀਤ ਸਿੰਘ ਅਤੇ ਮੈਨੂੰ ਨਾ ਹਾਰਟ ਦੀ ਪ੍ਰੋਬਲਮ ਹੋ ਗਈ ਸੀ 2016 ਦੇ ਵਿੱਚ ਮੈਨੂੰ ਹਾਰਟ ਅਟੈਕ ਆ ਗਿਆ ਸੀਗਾ ਉਹਦੇ ਨਾਲ ਮੇਰੇ ਹਾਰਟ ਦੇ ਸਾਰੇ ਮਸਲਸ ਮੇਰੇ ਡੈਡ ਹੋ ਗਏ ਸੀ ਉਹਦੇ ਨਾਲ ਮੇਰੀ ਹਾਰਟ ਦੀ ਪੰਪਿੰਗ 32 ਸੀਗੀ 32 ਤੋਂ ਘਟਦੀ ਘਟਦੀ ਮੇਰੀ ਹਾਰਟ ਦੀ ਪੰਪਿੰਗ ਆ ਜਿਹੜੀ 12% ਰਹਿ ਗਈ ਸੀਗੀ ਡਾਕਟਰਾਂ ਨੇ ਮੈਨੂੰ ਹਾਰਟ ਟ੍ਰਾਂਸਪਲਾਂਟ ਵਗੈਰੇ ਦੱਸਿਆ ਸੀ ਕਿ ਤੁਸੀਂ ਹਾਰਟ ਟ੍ਰਾਂਸਪਲਾਂਟ ਕਰਵਾਓ ਕਿ ਤੁਹਾਡਾ ਹਾਰਟ ਟ੍ਰਾਂਸਪਲਾਂਟ ਹੀ ਹੋਊਗਾ ਅਤੇ ਫਿਰ ਮੈਂ ਕਈ ਜਗ੍ਹਾ 'ਤੇ ਦੇਖਿਆ ਵਾ ਸਾਰਿਆਂ ਨੇ ਮੈਨੂੰ ਇਹ ਸੁਜੈਸਟ ਕੀਤਾ ਕਿ ਤੁਸੀਂ ਹਾਰਟ ਟ੍ਰਾਂਸਪਲਾਂਟ ਹੀ ਕਰਵਾਓ ਤੁਸੀਂ ਫਿਰ ਮੈਂ ਡਾਕਟਰ CPR ਜੀ ਕੋਲ ਆਇਆ ਸੀਗਾ ਇਹਨਾਂ ਨੂੰ ਮੈਂ ਸਾਰਾ ਆਪਣੇ ਸਾਰੀਆਂ ਰਿਪੋਰਟਸ ਦਿਖਾਈਆਂ ਇਹਨਾਂ ਨੇ ਅਤੇ ਮੇਰਾ ਫਿਰ ਟ੍ਰੀਟਮੈਂਟ ਸ਼ੁਰੂ ਕੀਤਾ ਅਤੇ ਉਹਦੇ ਵਿੱਚ ਮੈਨੂੰ ਇਹ ACP ECT ਅਤੇ EMSR ਮੈਨੂੰ ਹੋਈਆਂ ਮੇਰੀਆਂ ਅਤੇ EMSR ਅੱਜ ਮੇਰੀ 9ਵੀਂ ਸੀਗੀ ਮੈਨੂੰ ਇਸ 'ਚ ਬਹੁਤ ਫਰਕ ਪਿਆ ਅੱਗੇ ਮੈਂ ਪੌੜੀ ਵੀ ਨਹੀਂ ਚੜ੍ਹ ਸਕਦਾ ਸੀ ਤੁਰ ਵੀ ਨਹੀਂ ਸਕਦਾ ਸੀਗਾ ਘਰ ਹੀ ਰਹਿੰਦਾ ਹੁੰਦਾ ਸੀਗਾ ਹੁਣ ਮੈਂ ਆਪਣੇ ਸਾਰੇ ਕੰਮ ਕਰਨ ਲੱਗ ਗਿਆ ਵਾਂ ਪੌੜੀ ਆਪੇ ਚੜ੍ਹ ਪੈਂਦਾ ਵਾਂ ਬਗੈਰ ਕਿਸੇ ਸਹਾਰੇ ਤੋਂ ਇੱਕਦਮ ਪੌੜੀ ਚੜ੍ਹ ਕੋਈ ਨਾ ਮੈਨੂੰ ਸਾਹ ਚੜ੍ਹਦਾ ਵਾ ਹੁਣ ਮੈਨੂੰ ਬਹੁਤ ਹੀ ਜ਼ਿਆਦਾ ਇੱਥੇ ਆ ਕੇ ਵਧੀਆ ਮਹਿਸੂਸ ਹੋਇਆ ਅਤੇ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੂੰਗਾ ਕਿ ਤੁਸੀਂ ਵੀ ਸਾਰੇ ਇੱਥੇ ਜ਼ਰੂਰ ਆ ਕੇ ਆਪਣਾ ਚੈੱਕਅਪ ਜ਼ਰੂਰ ਕਰਵਾਓ।